स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो बना रहे हैं पिंड खारा खारे नूं तहसील कोटकपुरा ते जिला फरीदकोट पैंदा है। कोटकपुरे तो जदों मुकसर वाल नूं जाणा होवे दोस्तों तां मेन रोड दे उत्ते पिंड है, पिंड दा नाम खारा स्क्रीन ते वी लिखिया होया, बाकी एड्रैस सारा जिहड़ा ओह तुसीं स्क्रीन तों समझ सकदे आ। इस पिंड दे विच बाई जी होरां कोल वपार दा कम है ते अज दी जिहड़ी वीडियो दोस्तों बनाउणी उहदे च तिन पशु तुहानूं कवर करके दिखाउणे आ। तिना दे विच जिहड़ी पहले नंबर ते झोटी है दोस्तों एक्सट्रा ऑर्डिनरी है, तुहानूं जो तोरांगे खोलांगे दिखावांगे उदों तुहानूं जजमेंट हो जाऊ। बाकी दूजियां मझां वी ठीक है, रेट कोशिश होगी वी जायज़ बाई जी होरी करन। सो वीडियो नूं अगे शुरू करिओ तो पहलां बेनती है जिन्हां ने इस चैनल नूं अजे तक सबसक्राइब नहीं किया उह चैनल नूं जरूर सबसक्राइब कर लो ते नाल घंटी दा बटन वी प्रेस कर दिओ जी, तां कि जिहड़ी मैं नवीं वीडियो अपलोड करां उहदा नोटिफिकेशन तुहाडे तक पहुँच सके। आओ दोस्तों बाई जी होरां नाल गल्लबात करदे हां। हाँ जी भाई, सत श्री अकाल। सत श्री अकाल भाई जी। भाई जी नाम दस्यो अपना की? सुखजिंदर सिंह जी। सुखजिंदर सिंह, किन्ना क टाइम हो गया वीरे व्यापार दा काम करदे नूं? बस थोड़ा टाइम ही है, शुरू नवा ही है जी काम। नवा ही है? हां 2-3 साल बस ही। ठीक है। 2 महीने सच। 2-3 महीने होए? 2-3 महीने। हां ठीक है। ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣੀ ਹੈ ਬਾਈ ਜੀ, ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਇਹਨੇ 91 ਸੂਏ ਸੋਣਾ? ਇਹਨੇ ਪਹਿਲੇ ਸੂਏ ਸੋਣਾ ਬਾਈ। ਠੀਕ ਹੈ। ਕਿੰਨਾ ਚਿਰ ਰਹਿੰਦਾ ਇਹਦਾ? ਇਹਦਾ ਬਸ ਆਹੀ 5-4 ਦਿਨ ਹੀ ਹੈ ਜੀ। 5-4 ਦਿਨ ਹੀ ਰਹਿੰਦੇ ਆ? ਹਾਂਜੀ। ਤੇ ਦੰਦੋਂ ਕਿਵੇਂ ਆ ਵੀਰ ਜੀ? ਇਹ ਦੰਦੋਂ ਯਾਰ ਯਕੀਨ ਮੇਰੇ ਖਿਆਲ ਚੌਕੀ ਹੋਊਗੀ ਯਾਰ। ਚੌਕੀ ਹੋਊ ਮਤਲਬ ਕਨਫਰਮ ਨਹੀਂ? ਕਨਫਰਮ ਨਹੀਂ ਆ, ਦਿਖਾਉਣ ਲੈ ਕੇ ਆਉਂਦੀ ਆ ਬਾਈ। ਠੀਕ ਹੈ। ਤੇ ਇਹਦਾ ਰੇਟ ਕੀ ਕਰਦੇ ਆ? ਉਮਰ ਦੱਸ ਦੇ, 3 ਸਾਲ ਉਹ। 3 ਸਾਲ ਉਮਰ ਦੱਸ ਦੇ, ਜਾਨੀ ਚੌਕੀ ਹੋਊਗੀ ਉਮੀਦ ਹੈ ਨਾ। ਤੇ ਇਹਦਾ ਰੇਟ ਕੀ ਕਰਦੇ ਆ? ਰੇਟ ਬਾਈ 95,000 ਜੀ। 95,000 ਰੁਪਏ? ਠੀਕ ਹੈ। ਤੇ ਇਹ ਰੇਟ ਜਿਹੜੇ ਆਪਣੇ ਫਿਕਸ ਤਾਂ ਨਹੀਂ ਹੋਣਗੇ, ਇਹਨਾਂ ਚੋਂ ਮਾਨਤਾਨ ਕਰਾਂਗੇ ਨਾ? ਮਾਨਤਾਨ ਕਰਾਂਗੇ ਜੀ। ਠੀਕ ਹੈ, ਦਿਖਾਇਓ ਮਾੜਾ ਜਿਹਾ। ਖੋਲੀ ਚੁੱਕੇ ਦੋਸਤੋ, ਝੋਟੀ ਬਹੁਤ ਜ਼ਿਆਦਾ ਸੋਹਣੀ ਹੈ। ਜਦੋਂ ਤੋੜਾਂਗੇ ਇਹਦੇ ਹਵਾਨੇ ਦੀ ਤੁਹਾਨੂੰ ਜਜਮੈਂਟ ਹੋ ਜੂ, ਤੁਸੀਂ ਹਵਾਨੇ ਤੋਂ ਦੇਖ ਲਓਗੇ। ਪਿੱਛੇ ਨੂੰ ਦੇਖ ਸਕਦੇ ਹਾਂ ਦੋਸਤੋ ਪਹਿਲਾਂ ਝੋਟੀ ਦਾ ਹਵਾਨਾ ਕਿੰਨਾ ਕੁ ਤੁਹਾਨੂੰ ਮਗਰਲੇ ਪਾਸੇ ਨੂੰ ਵੀ ਦਿਸਦਾ। ਸਿੰਘ ਮੂੰਹ ਮੱਥਾ ਸੋਹਣਾ ਦੋਸਤੋ, ਕੱਦ ਕਾਠ ਚੰਗਾ। ਹਵਾਨੇ ਵੱਲੋਂ ਜਿਹੜਾ ਇਹ ਪਹਿਲਾਂ ਨਹੀਂ ਤੁਹਾਨੂੰ ਲੱਗੂਗੀ ਇੰਨਾ ਕੁ ਤਕੜਾ ਹਵਾਨਾ ਇਹਨੇ ਦੋਸਤੋ ਤਿਆਰ ਕੀਤਾ, ਦੇਖ ਸਕਦੇ। ਬਹੁਤ ਸੋਹਣੀ ਝੋਟੀ, ਨਿੱਖੜਵੇਂ ਥਾਣ ਹੈ ਦੋਸਤੋ, ਵਿੱਥੀ ਉੱਤੇ ਪੂਰੇ ਲੱਗੇ ਹੋਏ ਆ। ਬਾਕੀ ਦੂਜੇ ਸੂਏ ਨੂੰ ਜਦੋਂ ਦੋਸਤੋ ਇਹ ਗੱਭਣ ਹੋਊਗੀ ਅੱਗੇ ਜਾਂ ਸੂਣ ਦੇ ਬਿਲਕੁਲ ਨੇੜ ਹੋਊਗੀ ਤਾਂ ਉਦੋਂ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਦਾ ਹਵਾਨਾ ਕਿੰਨਾ ਖੁੱਲੂਗਾ। ਐਚ ਐਫ ਗਾਈਆਂ ਵਾਂਗੂ ਦੋਸਤੋ ਇਹਨੇ ਹਵਾਨਾ ਤਿਆਰ ਕੀਤਾ ਦੋਸਤੋ। ਪੂਛ ਵੀ ਇਹਦੀ ਜੈੱਡ ਬਲੈਕ ਹੈ। ਬਾਕੀ ਇਹਦੇ ਸਟਰਕਚਰ ਤੋਂ, ਇਹਦੇ ਰੰਗ ਰੂਪ ਤੋਂ ਅੰਦਾਜ਼ਾ ਨਸਲ ਦਾ ਤੁਸੀਂ ਆਪੇ ਲਾ ਲਿਓ ਜੀ। ਥਣਾਂ ਦਾ ਵਿੱਚ ਵਿੱਥੀ ਦੇਖ ਸਕਦੇ ਹਾਂ, ਹਵਾਨਾ ਦੇਖ ਸਕਦੇ ਹਾਂ ਦੋਸਤੋ। ਇਹਨਾਂ ਝੋਟੀਆਂ ਨੂੰ ਦੇਖ ਕੇ ਦੋਸਤੋ ਲੱਗਦਾ ਵੀ ਪੰਜਾਬ ਦੇ ਵਿੱਚ ਵੀ ਜਿਹੜੀਆਂ ਮੱਝਾਂ ਜਾਂ ਝੋਟੀਆਂ ਜਿਹੜੀਆਂ ਹੈਗੀਆਂ ਉਹ ਕਿਸੇ ਗੱਲੋਂ ਘੱਟ ਨਹੀਂ। ਹਵਾਨੇ ਤੁਸੀਂ ਦੇਖ ਸਕਦੇ ਹਾਂ ਦੋਸਤੋ, ਪਹਿਲਾਂ ਝੋਟੀਆਂ ਦੇ ਕਿੱਡੇ ਕਿੱਡੇ ਹਵਾਨੇ ਤਿਆਰ ਕੀਤੇ ਹੋਏ ਆ। ਬਾ ਮੋੜ ਲੈ ਵੀਰੇ, ਕੱਦ ਕਾਠ ਵੀ ਚੰਗਾ ਦੋਸਤੋ, ਵੀਡੀਓ ਦੇ ਵਿੱਚੋਂ ਤੁਹਾਨੂੰ ਅੰਦਾਜ਼ਾ ਹੋ ਜੂਗਾ। 95,000 ਰੇਟ ਹੈ। ਬਾਕੀ ਜਿਹੜਾ ਕਿਸੇ ਵੀਰ ਨੇ ਆਪ ਸੌਦਾ ਕਰਨਾ ਦੋਸਤੋ, ਤੁਹਾਡੇ ਜਚੇ ਦਾ ਪਸ਼ੂ ਤੁਹਾਨੂੰ ਪਸੰਦ ਆਉਂਦਾ, ਤੁਸੀਂ ਸੌਦਾ ਕਰ ਸਕਦੇ ਆ। ਸਿੰਘ ਵੀ ਸੋਹਣਾ ਦੋਸਤੋ, ਕੁੰਡਾ ਸਿੰਘ ਹੈ। ਵਿੱਥੀ ਥਣਾਂ ਦੇ ਵਿੱਚ ਅੱਗੇ ਪਿੱਛੇ ਵੀ ਬਹੁਤ ਜ਼ਿਆਦਾ ਆ। ਥਣ ਦੋਸਤੋ ਦੇਖ ਸਕਦੇ ਆ ਤੁਸੀਂ, ਨਿੱਖੜਵੇਂ ਥਣ ਆ ਬਿਲਕੁਲ, ਚਾਰੇ ਥਣ ਜਿਹੜੇ ਅੱਡੋ ਅੱਡ ਵਿੱਥੀ ਦੇ ਉੱਤੇ ਲੱਗੇ ਨੇ। ਇਹਨਾਂ ਤੋਂ ਬਿਨਾਂ ਇੱਕ ਮੱਝ ਬਾਈ ਜੀ ਹੋਰਾਂ ਕੋਲ ਤਾਜ਼ੀ ਸੂਈ ਵੀ ਹੈ, ਬੱਚਾ ਇਹਦਾ ਜਿਹੜਾ ਦੋਸਤੋ ਕੱਟੀ ਹੈ ਇਹਦੇ, ਮਗਰ ਕੱਟੀ ਤੁਹਾਨੂੰ ਪਹਿਲਾਂ ਦਿਖਾ ਦਿੰਦਾ ਕਿਉਂਕਿ ਬਹੁਤ ਸੋਹਣੀ ਕੱਟੀ ਹੈ ਦੋਸਤੋ। ਪਤਲੀ ਬੂਥ ਆ, ਲੰਬੀ ਦੀ ਬੂਥ ਆ, ਚੰਗੇ ਟੀਕੇ ਦੀ ਹੋਊਗੀ ਵੇਖਣ ਤੋਂ ਲੱਗਦਾ। ਬਾਕੀ ਜਿਹੜੇ ਵੀਰ ਜਾਣਕਾਰ ਆ ਪਰਖ ਉਹਨਾਂ ਨੇ ਆਪੇ ਕਰ ਲੈਣੀ ਹੈ। ਬਾਈ ਜਿਹੜੀ ਇਹ ਦੂਜੇ ਨੰਬਰ 'ਤੇ ਆਪਾਂ ਮੱਝ ਦਿਖਾਉਣੀ ਹੈ, ਇਹ 91 ਸੂਏ ਸੂਈ ਹੈ? ਤੀਜੇ ਸੂਏ ਸੂਈ ਹੈ ਬਾਈ। ਤੀਜੇ ਸੂਏ ਸੂਈ ਹੈ, ਕਿੰਨਾ ਚਿਰ ਹੋ ਗਿਆ ਸੂਈ ਨੂੰ? ਸੂਈ ਨੂੰ ਇਹ ਸੁਬਾਹ ਜਿਹੀ ਸੂਈ ਹੈ ਜੀ, ਅੱਜ ਹੀ ਸੂਈ ਹੈ? ਅੱਜ ਹੀ ਸੂਈ ਹੈ ਹਾਂਜੀ। ਜੇਰ ਵਗੈਰਾ ਪੈ ਗਈ ਸਹੀ? ਜੇਰ ਸਭ ਕੁਝ ਸਹੀ ਪਿਆ ਜੀ। ਠੀਕ ਹੈ। ਤੇ ਬੱਚਾ ਇਹਨੇ ਕੱਟੀ ਦਿੱਤੀ ਹੈ ਨਾ? ਕੱਟੀ ਦਿੱਤੀ ਹੈ, ਬਹੁਤ ਸੋਹਣੀ ਕੱਟੀ ਹੈ ਜੀ। ਠੀਕ ਹੈ। ਰੇਟ ਇਹਦਾ ਕੀ ਕਰਦੇ ਆ? ਰੇਟ ਇਹਦਾ 70,000 ਹੈ ਜੀ। 70,000 ਇਹਦਾ ਰੇਟ ਕਰਦੇ ਆ? ਠੀਕ ਹੈ। ਇੱਕ ਇਹਦਾ ਥਣ ਬਾਈ ਜੀ ਪਰਲੇ ਪਾਸੇ ਜਿਹੜਾ ਬਹਿਣੀ ਵਾਲੇ ਪਾਸੇ ਦਾ ਮੂਹਰਲਾ ਥਣ ਹੈ ਉਹ ਛੋਟਾ ਦਿਖਾਉਂਦੀ ਹੈ, ਉਹਦਾ ਕੀ? ਛੋਟਾ ਬਾਈ ਜੀ ਉਹ ਬੱਚੇ ਨੇ ਚੁੰਗਿਆ ਜੀ, ਤੁਸੀਂ ਦੇਖ ਹੀ ਲਓ, ਪਸਮਾਏ ਨਹੀਂ ਜੀ। ਠੀਕ ਹੈ। ਬਾਕੀ ਜਿਹਨੇ ਵੀ ਲੈਣੀ ਉਹ ਆਪਦੇ ਚੈੱਕ ਕਰਕੇ ਲਊਗਾ ਜੀ। ਹਾਂ ਸਹੀ। ਉਹ ਬੱਚਾ ਚੁੰਗਿਆ ਜੀ, ਧਿਆਨ ਨਹੀਂ ਰੱਖਿਆ। ਇਹ ਪੁੱਛਣ ਦਾ ਕਾਰਨ ਇਹ ਹੁੰਦਾ ਵੀਰੇ, ਕਈ ਵਾਰ ਨਾ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ, ਬਾਅਦ 'ਚ ਨੁਕਸ ਨਿਕਲਿਆ ਵੀ ਉਹਨੂੰ ਵੀ ਦੁੱਖ ਹੁੰਦਾ ਕਿਉਂਕਿ ਉਹਦਾ ਕਿਰਾਇਆ ਵਗੈਰਾ ਲੱਗ ਜਾਣਾ ਹੁੰਦਾ। ਬਿਲਕੁਲ ਸਹੀ ਗੱਲ ਹੈ। ਠੀਕ ਹੈ। ਮਤਲਬ ਫੁੱਲ ਗਰੰਟੀ ਹੈ ਉਸ ਥਾਂ ਦੀ? ਫੁੱਲ ਗਰੰਟੀ ਬਾਈ ਜੀ। ਠੀਕ ਹੈ। ਸੇਮ ਥਾਂ ਆ ਜਿਵੇਂ ਦੂਜੇ, ਸੇਮ ਹੀ ਉਹ ਹੈ ਜੀ। ਸੇਮ ਹੀ ਉਹ ਹੈ। ਮਤਲਬ ਜੇ ਥਣ ਦੇ ਵਿੱਚ ਕੋਈ ਇਦਾਂ ਦਾ ਨੁਕਸ ਜਿਵੇਂ ਹੁਣ ਉਹ ਦਿਸਦਾ ਜਿਵੇਂ ਦਿਸੂ ਤਾਂ ਫਿਰ ਉਹਦਾ ਕਿਰਾਇਆ ਆਪਾਂ ਨੂੰ ਦੇਣਾ ਪੈਂਦਾ। ਜਿਹੜਾ ਉਹਦਾ ਕਿਰਾਇਆ ਵੀ ਦੇਵਾਂਗੇ ਜੀ, ਆਉਣ ਜਾਣ ਦਾ ਸਾਰਾ ਖਰਚਾ ਦੇਵਾਂਗੇ ਉਹਨੂੰ। ਠੀਕ ਹੈ। ਦੋਸਤੋ ਮੱਝ ਤੁਸੀਂ ਦੇਖ ਸਕਦੇ ਆ, ਤੀਜੇ ਸੂਏ ਬਾਈ ਜੀ ਹੋਰੀ ਦੱਸਦੇ ਆ ਸੂਈ ਹੈ, ਥਣ ਸੋਹਣੇ ਆ ਦੋਸਤੋ, ਰਾਤ ਹੀ ਹਜੇ ਸੁਬਾਹ ਹੀ ਸੂਈ ਹੈ, ਜੇਰ ਵਗੈਰਾ ਸਹੀ ਪੈ ਗਈ ਹੈ, ਕੱਟੀ ਤੁਹਾਨੂੰ ਦਿਖਾ ਹੀ ਦਿੱਤੀ ਹੈ, ਖੁੱਲ੍ਹ ਬਾਈ ਇਹਨੂੰ। ਬਾਕੀ ਰੇਟ ਇਹਦਾ 70,000 ਬਾਈ ਜੀ ਹੋਰਾਂ ਨੇ ਕੀਤਾ।
ਸੋ ਇਹਦੇ ਵਿੱਚੋਂ ਤੁਹਾਡਾ ਮਾਨ ਤਾਨ ਜ਼ਰੂਰ ਬਾਈ ਜੀ ਹੋਰੀ ਕਰਨਗੇ। ਢਾਂਚਾ ਦੇਖ ਸਕਦੇ ਹਾਂ, ਹਵਾਨਾ ਤੁਸੀਂ ਦੋਸਤੋ ਦੇਖ ਸਕਦੇ ਹਾਂ, ਮੂਰਲਾ ਥਾਨ ਇੱਕ ਜਿਹੜਾ ਉਹ ਫਿੱਕਾ ਜਮਾਂ, ਕਿਉਂਕਿ ਉਹਦਾ ਕਾਰਨ ਬਾਈ ਜੀ ਹੋਰੀ ਦੱਸਦੇ ਵੀ ਕੱਟੀ ਨੇ ਜਿਹੜਾ ਉਹ ਥਾਨ ਨੂੰ ਚੁੰਘਿਆ। ਬਾ ਮੋੜ ਲੈ ਵੀਰੇ ਉਸ ਥਾਨ ਨੂੰ ਦੋਸਤੋ, ਬਾਈ ਜੀ ਹੋਰੀ ਦੱਸਦੇ ਵੀ ਕੱਟੀ ਨੇ ਚੁੰਘਿਆ, ਜੋ ਥਾਨ ਬਿਲਕੁਲ ਦੂਜਾ ਥਾਣਾ ਵਰਗਾ ਇੱਕੋ ਜਿਹੀ ਸ਼ੇਪ ਦਾ, ਥੋੜ੍ਹਾ ਜਿਹਾ ਬੱਚੇ ਦਾ ਇਹ ਜ਼ਿਆਦਾ ਕਰਦੀ ਹੈ ਕਿਉਂਕਿ ਰਾਤ ਹੀ ਸੂਈ ਹੈ, ਸੋ ਉਹਦੇ ਕਰਕੇ ਬੱਚੇ ਵੱਲ ਨੂੰ ਖਿੱਚਦੀ ਹੈ। ਦੇਖ ਸਕਦੇ ਹੋ ਦੋਸਤੋ ਥਾਨ ਹਵਾਨਾ ਇਹਦਾ, ਅਗਲਾ ਥਾਨ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਦੋਸਤੋ ਦਿਸੂਗਾ ਵੀ ਇਹ ਬੱਚੇ ਨੇ ਚੁੰਘਿਆ ਹੋਇਆ, ਕਿਉਂਕਿ ਉਹਦੇ 'ਚ ਕੋਈ ਦੁੱਧ ਨਹੀਂ ਗਾ, ਕੋਈ ਪਸਮਾ ਨਹੀਂ ਹੈਗਾ। ਬਾਕੀ ਬਾਈ ਜੀ ਹੋਰਾਂ ਵੱਲੋਂ ਉਸ ਥਾਨ ਦੀ ਫੁੱਲ ਗਰੰਟੀ ਹੈ, ਤੁਸੀਂ ਬੇਫਿਕਰ ਹੋ ਕੇ ਆ ਸਕਦੇ ਹਾਂ, ਜੇ ਤੁਹਾਡੇ ਇਹ ਮੱਝ ਪਸੰਦ ਆਉਂਦੀ ਆ, ਸੌਦਾ ਤੁਹਾਨੂੰ ਲੱਗਦਾ ਵੀ ਹੋ ਜੂਗਾ, ਤਾਂ ਥਾਨ ਵੱਲੋਂ ਕੋਈ ਨੁਕਸ ਨਹੀਂ ਨਿਕਲੂਗਾ। ਦੋਸਤੋ ਤੀਜੇ ਨੰਬਰ ਵਾਲੀ ਮੱਝ ਬਾਰੇ ਵੀ ਬਾਈ ਜੀ ਤੋਂ ਪੁੱਛ ਲੈਂਦੇ ਹਾਂ, ਬਾਈ ਜਿਹੜੀ ਇਹ ਤੀਜੇ ਨੰਬਰ 'ਤੇ ਮੱਝ ਇਹਨੇ ਕਿੰਨਵੇਂ ਸੂਏ ਸੁਣੇ? ਇਹਨੇ ਤੀਜੇ ਸੂਏ ਸੁਣਾ ਜੀ, ਇਹ ਘਰ ਦੀ ਮੱਝ ਹੈ, ਘਰ ਦੀ ਆਪਣੀ ਤੀਜੇ ਸੂਏ ਸੁਣਾ। ਦੂਜੇ ਸੂਏ ਦਾ ਦੁੱਧ ਕਿੰਨਾ ਸੀ? ਇਹਦਾ ਸੀਗਾ ਜੀ 15 ਕਿਲੋ ਦੁੱਧ ਜੀ, 15 ਤੋਂ ਪਲੱਸ ਹੀ ਸੀ ਜੀ, 15 ਕਿਲੋ ਦੁੱਧ ਦਿੱਤਾ ਇਹਨੇ। ਹਾਂਜੀ ਠੀਕ ਹੈ, ਅਤੇ ਹੁਣ ਇਹਦਾ ਕਿੰਨਾ ਚਿਰ ਰਹਿੰਦਾ? ਹੁਣ ਇਹਦਾ ਮਹੀਨਾ ਹੀ ਪਿਆ ਜੀ, ਪੂਰਾ ਸਮਝ ਲਓ ਇੱਕ ਮਹੀਨਾ ਪਿਆ। ਹਾਂਜੀ ਠੀਕ ਹੈ, ਅਤੇ ਇਹਦਾ ਕੀ ਰੇਟ ਕਰਦੇ ਹਾਂ? ਇਹਦਾ ਜੀ ਮੌਕੇ 'ਤੇ ਕਰਾਂਗੇ, ਤਿਆਰ ਹੁੰਦੇ ਹੋਏ ਤਾਂ ਮਹੀਨਾ ਬਹੁਤ ਕੱਚੀ ਪਈ ਹੈ ਮਹੀਨਾ। ਠੀਕ ਹੈ, ਮਤਲਬ ਇਹ ਵੈਸੇ ਵੀਡੀਓ 'ਚ ਆਪਾਂ ਦਿਖਾਉਣ ਵਾਸਤੇ, ਜੇ ਕਿਸੇ ਵੀਰ ਨੂੰ ਕੱਚੀ ਪਸੰਦ ਆਉਂਦੀ ਭਾਵੇਂ ਫੋਨ ਲਾ ਲਈ, ਹਾਂਜੀ ਵੈਸੇ ਵਿਖਾਉਣ ਵਾਸਤੇ ਠਾਲੀ ਇਹ। ਹਾਂਜੀ ਹਾਂਜੀ ਠੀਕ ਹੈ, ਇਹ ਤਾਂ ਫਿਰ ਉਦੋਂ ਮੌਕੇ 'ਤੇ ਰੇਟ ਹੋਊਗਾ ਜੀ। ਠੀਕ ਹੈ, ਮੌਕੇ 'ਤੇ ਰੇਟ ਹੋਊ। ਦੋਸਤੋ ਬਾਈ ਜੀ ਹੋਰੀ ਪਹਿਲਾਂ ਵੀ ਦੱਸਦੇ ਸੀ ਵੀ ਇਹਦਾ ਦੁੱਧ ਬਹੁਤ ਚੰਗਾ, ਇਹਨਾਂ ਨੂੰ ਵੇਚਣ ਦੀ ਕੋਈ ਕਾਹਲੀ ਨਹੀਂ ਹੈ, ਵੀਡੀਓਜ਼ ਸਿਰਫ ਤੁਹਾਨੂੰ ਦਿਖਾ ਜ਼ਰੂਰ ਰਹੇ ਹਾਂ, ਪਰ ਇਹ ਵੇਚਣਗੇ ਉਦੋਂ ਜਦੋਂ ਇਹ ਤਿਆਰ ਹੋ ਜਾਂਦੀ, ਕਿਉਂਕਿ ਜੇ ਕੱਚੀ ਦਾ ਰੇਟ ਬਾਈ ਜੀ ਹੋਰੀ ਤੁਹਾਨੂੰ ਦੱਸਣਗੇ ਤਾਂ ਤੁਹਾਨੂੰ ਉਹ ਜਚਣਾ ਨਹੀਂ ਗਾ, ਕਿਉਂਕਿ ਹਰੇਕ ਬੰਦੇ ਨੂੰ ਆਪਦੀ ਚੀਜ਼ ਦੇ ਉੱਤੇ ਮਾਣ ਹੁੰਦਾ ਦੋਸਤੋ, ਇਹਨਾਂ ਨੂੰ ਯਕੀਨ ਆ ਵੀ ਇਹ ਚੰਗੇ ਦੁੱਧ ਵਾਲੀ ਹੈ ਅਤੇ ਚੰਗਾ ਹਵਾਨਾ ਬਣਾਊਗੀ, ਸੋ ਰੇਟ ਇਹਦਾ ਮੌਕੇ 'ਤੇ ਹੋਊਗਾ। ਦੋਸਤੋ ਫਿਰ ਵੀ ਤੁਹਾਨੂੰ ਇਹ ਤੋਰ ਕੇ ਜ਼ਰੂਰ ਦਿਖਾ ਦਿੰਦੇ ਹਾਂ, ਥਣਾਂ ਦੀ ਸੋਹਣੀ ਹੈ, ਹਵਾਨਾ ਸੋਹਣਾ ਬਣਾਉਂਦੀ ਹੁੰਦੀ ਹੈ, ਇੱਕ ਮਹੀਨਾ ਹਜੇ ਸੂਣ 'ਚ ਬਾਕੀ ਹੈ, ਖੋਲ੍ਹ ਕੇ ਮਾੜਾ ਤੋਰ ਦਿਓ। ਨਵਾਂ ਬਾਈ ਜੀ ਹੋਰਾਂ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ, ਕੱਦ ਕਾਠ ਇਸ ਮੱਝ ਦਾ ਵੀ ਦੋਸਤੋ ਚੰਗਾ, ਹਵਾਨਾ ਜਿਹੜਾ ਸੋਹਣਾ ਬਣਾਊਗੀ। ਬਾਕੀ ਅਜੇ ਨਵਾਂ ਕੰਮ ਸ਼ੁਰੂ ਕੀਤਾ, ਉਹਦੇ ਕਰਕੇ ਤਲਿਆਰੇ ਵਗੈਰਾ ਆ ਬਾਈ ਜੀ ਹੋਰਾਂ ਨੇ ਨਹੀਂ ਲਿਆ ਕੇ ਰੱਖੇ, ਦੇਖ ਸਕਦੇ ਹੋ ਤੁਸੀਂ ਥੋੜ੍ਹਾ ਜਿਹਾ ਤੁਰਨ ਦੇ ਵਿੱਚ ਕਾਹਲੀ ਕਰਦੀ। ਬਾ ਬੰਨ੍ਹਦੇ ਵੀਰੇ ਦੋਸਤੋ, ਇਹਦਾ ਇੱਕ ਮਹੀਨਾ ਹਜੇ ਸੂਣ 'ਚ ਰਹਿੰਦਾ, ਜੇ ਕਿਸੇ ਵੀਰ ਨੂੰ ਪਸੰਦ ਆਊਗੀ ਤਾਂ ਜ਼ਰੂਰ ਤੁਸੀਂ ਇਹਨਾਂ ਕੋਲ ਆ ਕੇ ਗੱਲਬਾਤ ਬਾਈ ਜੀ ਹੋਰਾਂ ਨਾਲ ਕਰ ਸਕਦੇ ਹਾਂ। ਬਾਕੀ ਜਿਹੜਾ ਮੇਨ ਦੋਸਤੋ ਅੱਜ ਦੀ ਵੀਡੀਓ ਬਣਾਉਣੀ ਸੀ, ਉਹਦੇ 'ਚ ਤੁਹਾਨੂੰ ਇਹ ਦੋ ਪਸ਼ੂ ਜਿਹਦੇ 'ਚ ਪਹਿਲੇ ਨੰਬਰ 'ਤੇ ਹੱਦੋਂ ਵਾਲੀ ਸੋਹਣੀ ਝੋਟੀ ਦਿਖਾਉਣੀ ਸੀਗੀ। ਥਣ ਤੁਸੀਂ ਇਹਦੇ ਵਿੱਚ ਹੀ ਹਜੇ ਵੀ ਦੇਖ ਸਕਦੇ ਹੋ ਦੋਸਤੋ, ਪਰਲੇ ਥਣ ਵੀ ਬਿਲਕੁਲ ਇਵੇਂ, ਅਤੇ ਬਾਕੀ ਹਵਾਨਾ ਦੋਸਤੋ ਪਛਾਣ ਨੂੰ ਵੀ ਬਹੁਤ ਜ਼ਿਆਦਾ ਦੇਖ ਸਕਦੇ ਹਾਂ। ਅਤੇ ਇੱਕ ਇਹ ਮੱਝ ਜਿਹੜੀ ਤੀਜੇ ਸੂਏ ਸੂਈ ਹੈ, ਇਹਦੀ ਕੱਟੀ ਬਹੁਤ ਸੋਹਣੀ ਹੈ ਦੋਸਤੋ, ਇਹ ਉਹ ਕੱਟੀ ਜਿਹੜੀ ਹੁਣੇ ਤੁਹਾਨੂੰ ਦਿਖਾਈ ਸੀ, ਅਜੇ ਤੋਂ ਪੂਰਾ ਖੜ੍ਹਾ ਨਹੀਂ ਜਾਂਦਾ, ਇਹ ਕੱਟੀ ਹੈ ਦੋਸਤੋ ਜਿਹੜੀ ਦੂਜੇ ਨੰਬਰ 'ਤੇ ਮੱਝ ਦਿਖਾਈ ਸੀ, ਕੱਟੀ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਬਹੁਤ ਸੋਹਣੀ ਹੈ। ਸੋ ਦੋਸਤੋ ਇਹ 3 ਪਸ਼ੂ ਬਾਈ ਜੀ ਹੋਰਾਂ ਕੋਲ ਵਿਕਾਊ ਹੈ, ਡਿਟੇਲ ਸਾਰੀ ਪੁੱਛ ਕੇ ਤੁਹਾਨੂੰ ਦੇਤੀ ਹੈ ਤਸੱਲੀ ਦੋਸਤੋ, ਤੁਸੀਂ ਆਪ ਕਰਨੀ ਹੈ ਕੋਸ਼ਿਸ਼ ਕਰਿਆ ਕਰੋ, ਜਿਹੜਾ ਸੂਆ ਪਸ਼ੂ ਹੈ 2-3 ਟਾਈਮ ਚਵਾਈ ਕਰਕੇ ਖਰੀਦਿਆ ਕਰੋ। ਬਾਕੀ ਜੇ ਕਿਸੇ ਵੀਰ ਨੂੰ ਗੱਭਣ ਝੋਟੀ ਪਹਿਲਣ ਝੋਟੀ ਪਸੰਦ ਆਉਂਦੀ ਹੈ ਤਾਂ ਸੌਦਾ ਬਾਈ ਜੀ ਹੋਰਾਂ ਨਾਲ ਤੁਸੀਂ ਕਰ ਸਕਦੇ ਹਾਂ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।